ਵਾਹਿਗੁਰੂ ਕੌਮੀ ਅਣਖ ਨੂੰ ਮਾਰੇ ਜਾਂ ਸੱਤ ਦੁਸ਼ਮਣ ਉੱਥੇ ਸ਼ਾਂਤੀ ਦਾ ਕਿੱਥੇ ਜਾਪ ਹੁੰਦਾ ਹੈ। ਕੌਮਾਂ ਵਾਸਤੇ ਮਰਨ ਦਾ ਪਾਕ ਜਜ਼ਬਾ ਪੈਦਾ ਦਿਲਾਂ ਅੰਦਰ ਆਪਣੇ ਆਪ ਹੁੰਦਾ ਹੈ। ਉਦੋਂ ਜੰਮਦਾ ਕੋਈ ਸ਼ੇਰ ਨਰੂਆ ਪੈਦਾ ਉਹ ਸਮੇਂ ਕੋਈ ਪ੍ਰਤਾਪ ਹੁੰਦਾ। ਉਹ ਜੇਕਰ ਜ਼ੁਲਮ ਕਰਨਾ ਹੁੰਦਾ ਹੈ ਪਾਪ ਜੇਕਰ ਤੇ ਜ਼ੁਲਮ ਸਹਿਣਾ ਵੀ ਮਹਾਪਾਪ ਹੁੰਦਾ। ਸੋ ਮੇਰੇ ਪਿਆਰੇ ਵੀਰੋ ਭੈਣੋ ਮਾਤਾਵਾਂ ਬੇਟੀਆਂ ਨੇ ਬਜ਼ੁਰਗ ਬੈਠੇ ਨੇ ਸਾਰਿਆਂ ਨੂੰ ਸਤਿਕਾਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਇਹ ਅੱਜ ਸੰਘਰਸ਼ ਚੱਲ ਰਿਹਾ ਹੈ ਜੋ ਪਿਆਰੇ ਆਪਾਂ ਬੈਠੇ ਹਾਂ ਕਿ ਸਾਡਾ ਹਰਮਨ ਪਿਆਰਾ ਸਾਥੀ ਜੋ ਸ਼ਿੰਗਾਰਾ ਰਾਮ ਜੀ ਸੋਂਗੜਾ ਜਿਨ੍ਹਾਂ ਦੇ ਉੱਤੇ ਨਜਾਇਜ਼ ਤੌਰ ਦੇ ਉੱਤੇ ਪਰਚੇ ਦਰਜ ਕਰਕੇ ਸਾਡੇ ਲੋਕਾਂ ਦੀ ਆਵਾਜ਼ ਨੂੰ ਦਬਾਉਣ ਖਾਤਰ ਉਹਨਾਂ ਦੇ ਉੱਤੇ ਨਜਾਇਜ਼ ਪਰਚੇ ਕੀਤੇ ਆ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਡੱਕਿਆ। ਆਪ ਜੀ ਜਾਣਦੇ ਹੋ ਕਿਵੇਂ ਘੱਟ ਗਿਣਤੀ ਕੌਮਾਂ ਦੇ ਉੱਤੇ ਮੌਜੂਦਾ ਸਰਕਾਰਾਂ ਜ਼ੁਲਮ ਕਰ ਰਹੀਆਂ ਨੇ। ਕਿਤੇ ਕਸ਼ਮੀਰ ਦੇ ਲੋਕ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ, ਕਿਤੇ ਸਾਡੇ ਲੋਕਾਂ ਦੇ ਉੱਤੇ ਜ਼ੁਲਮ ਕੀਤਾ ਜਾ ਰਿਹਾ। ਆਹ ਥੋੜਾ ਸਮਾਂ ਪਹਿਲਾਂ ਆਪਾਂ ਵੇਖਿਆ ਕਿ ਸਾਡੀਆਂ ਭੈਣਾਂ ਜਿਹੜੀਆਂ ਨੇ ਉਹ ਰੋਸ ਪ੍ਰਦਰਸ਼ਨ ਕਰਦੀਆਂ ਹੋਈਆਂ ਇੱਧਰੋਂ ਲੰਘੀਆਂ ਨੇ। ਸੋ ਸਾਰੀ ਸਾਡੀ ਜਿਹੜੀ ਜਨਤਾ ਹੈ ਸਾਡੇ ਦੇਸ਼ ਦੀ ਇਹ ਸਮੇਂ ਦੀਆਂ ਸਰਕਾਰਾਂ ਤੋਂ ਦੁਖੀ ਹੈ। ਆਪ ਜੀ ਨੇ ਦੇਖਿਆ ਨਾ ਭੈਣਾਂ ਨਾਅਰੇਬਾਜ਼ੀ ਕਰਦੀਆਂ ਹੋਈਆਂ ਇੱਧਰੋਂ ਲੰਘੀਆਂ। ਕਿਉਂ ਲੰਘੀਆਂ? ਕਿਉਂਕਿ ਉਹਨਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਉਹਨਾਂ ਨੂੰ ਕੋਈ ਨੌਕਰੀਆਂ ਨਹੀਂ ਮਿਲ ਰਹੀਆਂ, ਉਹਨਾਂ ਨੂੰ ਕੰਟਰੈਕਟ ਦੇ ਉੱਤੇ ਰੱਖਿਆ ਗਿਆ, ਠੇਕੇ ਦੇ ਉੱਤੇ ਭਰਤੀ ਕੀਤਾ ਗਿਆ ਤੇ ਮਨ ਮਰਜ਼ੀ ਦੇ ਨਾਲ ਸਰਕਾਰਾਂ ਤਨਖਾਹ ਦਿੰਦੀਆਂ ਨੇ ਤੇ ਕਈ ਵਾਰ ਨਹੀਂ ਦਿੰਦੀਆਂ। ਸੋ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ। ਸੋ ਸਾਥੀਓ ਆਪਣਾ ਜਿਹੜਾ ਸੰਘਰਸ਼ ਹੈ ਸ਼੍ਰੀ ਕਾਂਤੀ ਮੋਹਨ ਜੀ ਸਰਪੰਚ ਮਠੰਡਾ ਕਲਾਂ ਦੇ ਉਹਨਾਂ ਦੀ ਅਗਵਾਈ ਵਿੱਚ ਇਹ ਸੰਘਰਸ਼ ਚੱਲ ਰਿਹਾ ਹੈ ਤੇ ਆਪਾਂ ਜਿਹੜਾ ਆਪਣੇ ਸਾਥੀ ਨੂੰ ਰਿਹਾ ਕਰਵਾਉਣਾ ਹੈ, ਬਾਇੱਜ਼ਤ ਬੜੀ ਕਰਵਾਉਣਾ ਹੈ। ਪਿਆਰਿਓ ਇਹ ਜਿਹੜੀ ਲੜਾਈ ਹੈ ਇਹ ਅੱਜ ਦੀ ਲੜਾਈ ਨਹੀਂ, ਇਹ ਸਦੀਆਂ ਪਹਿਲਾਂ ਦੀ ਲੜਾਈ ਹੈ। ਸਾਡੇ ਲੋਕਾਂ ਦੇ ਨਾਲ ਜ਼ੁਲਮ ਕੀਤਾ ਗਿਆ, ਧੱਕਾ ਕੀਤਾ ਗਿਆ ਤੇ ਇਹ ਮਨੁਵਾਦੀ ਲੋਕ ਅੱਜ ਵੀ ਚਾਹੁੰਦੇ ਕਿ ਅਸੀਂ ਇਹਨਾਂ ਲੋਕਾਂ ਨੂੰ ਦਬਾ ਕੇ ਰੱਖੀਏ, ਇਹਨਾਂ ਨੂੰ ਅਸੀਂ ਆਪਣੀਆਂ ਪੈਰਾਂ ਦੀਆਂ ਜੁੱਤੀਆਂ ਵਾਂਗ ਰੱਖੀਏ। ਪਰ ਉਹ ਸਮਾਂ ਹੋਰ ਸੀ ਤੇ ਅੱਜ ਸਮਾਂ ਹੋਰ ਹੈ। ਮੈਂ ਦੱਸ ਦੇਣਾ ਚਾਹੁੰਦਾ ਜੇ ਸਾਡੇ ਧਾਰਮਿਕ ਸਥਾਨ ਨੂੰ ਢਾਉਣ ਵਾਲੀ ਇੰਦਰਾ ਗਾਂਧੀ ਨਹੀਂ ਰਹੀ ਤੇ ਜਿਹੜਾ ਤੁਸੀਂ ਧਾਰਮਿਕ ਸਥਾਨ ਸਾਡਾ ਦਿੱਲੀ ਵਿੱਚ ਢਾਇਆ ਉਹ ਵੀ ਸਾਡਾ ਆਪਣਾ ਧਾਰਮਿਕ ਸਥਾਨ ਹੈ ਤੇ ਸਤਿਗੁਰੂ ਰਾਮਦਾਸ ਮਹਾਰਾਜ ਸਾਡੇ ਸਤਿਗੁਰੂ ਨੇ। ਤੇ ਜੇ ਇੰਦਰਾ ਨਹੀਂ ਰਹੀ ਤੇ ਸਮੇਂ ਦੀਆਂ ਸਰਕਾਰਾਂ ਸੋਚ ਲੈਣ ਤੁਹਾਡਾ ਕੀ ਅਸਰ ਹੋਵੇਗਾ। ਸੋ ਮੈਂ ਬੇਨਤੀ ਕਰਨਾ ਚਾਹੁੰਦਾ, ਅਪੀਲ ਕਰਨਾ ਚਾਹੁੰਦਾ ਕਿ ਇਹ ਸੰਘਰਸ਼ ਹੋਰ ਵੱਧਦਾ ਜਾਵੇਗਾ ਜਦ ਤੱਕ ਤੁਸੀਂ ਸਿੰਗਾਰਾ ਰਾਮ ਜੀ ਸੋਂਗੜਾ ਨੂੰ ਰਿਹਾ ਨਹੀਂ ਕਰਦੇ। ਆ ਤੁਸੀਂ ਵੇਖਿਆ ਕਿ ਕੱਲ ਜਿਹੜਾ ਟੈਂਟ ਸੀ ਉਹ ਛੋਟਾ ਸੀ, ਇੱਥੇ ਤੱਕ ਸੀ ਤੇ ਅੱਜ ਜਿਹੜਾ ਉਹ ਹੋਰ ਛੱਟਾਂ ਲੱਗ ਗਈਆਂ, ਹੋਰ ਦਰੀਆਂ ਵਿਛ ਗਈਆਂ। ਇਹ ਸਾਡੇ ਸਾਹਮਣੇ ਦਰਸਾਉਂਦਾ ਹੈ ਕਿ ਇਹ ਸੰਘਰਸ਼ ਹੋਰ ਵੱਡਾ ਹੁੰਦਾ ਜਾ ਰਿਹਾ ਹੈ ਤੇ ਜਿਵੇਂ ਅੱਗੇ ਤੋਂ ਅੱਗੇ ਸ਼੍ਰੀ ਕਾਂਤੀ ਮੋਹਨ ਜੀ ਜਿਵੇਂ ਸੁਨੇਹਾ ਲਾਉਣਗੇ ਉਸੇ ਤਰ੍ਹਾਂ ਇਸ ਸੰਘਰਸ਼ ਦੀ ਰੂਪ ਰੇਖਾ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਤਾਂ ਕਿ ਸਾਡੇ ਸਿੰਗਾਰਾ ਰਾਮ ਸੋਂਗੜਾ ਜੀ ਨੂੰ ਰਿਹਾ ਕਰਨ ਵਾਸਤੇ ਸਰਕਾਰਾਂ ਮਜਬੂਰ ਹੋ ਜਾਣ। ਇਹ ਜੋ ਮਨੁਵਾਦੀ ਲੋਕਾਂ ਵੱਲੋਂ ਜ਼ੁਲਮ ਕੀਤਾ ਜਾ ਰਿਹਾ ਸਦੀਆਂ ਤੋਂ ਜ਼ੁਲਮ ਹੋ ਰਿਹਾ। ਜੇ ਮੈਂ
ਪਹਿਲਾਂ ਸਾਡੇ ਉੱਤੇ ਇਹ ਸ਼ੂਦਰ ਕਹਿ ਕਹਿ ਕੇ ਜ਼ੁਲਮ ਕਰਦੇ ਰਹੇ ਨੇ। ਪਿਆਰੋ, ਸਾਡੇ ਸਤਿਗੁਰਾਂ ਨੇ ਸਾਨੂੰ ਆਜ਼ਾਦੀ ਦਵਾਈ, ਸਾਡੇ ਸਮਾਜ ਨੂੰ ਆਜ਼ਾਦੀ ਦਵਾਈ, ਫਿਰ ਗੁਰੂ ਨਾਨਕ ਪਾਤਸ਼ਾਹ ਜੀ, ਫਿਰ 10 ਗੁਰੂ ਸਾਹਿਬਾਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਹਥਿਆਰ ਬਖਸ਼ ਦਿੱਤੇ ਕਿ ਇਹਨਾਂ ਮਧੂਵਾਦੀ ਲੋਕਾਂ ਦੇ ਨਾਲ ਜੰਗ ਕਰਕੇ ਟੱਕਰ ਕਰਨੀ ਪਵੇਗੀ। ਉਸ ਵੇਲੇ ਮਨੁਵਾਦੀ ਲੋਕ ਜਿਹੜੇ ਨੇ ਇਹ ਪਹਾੜੀ ਰਾਜੇ, ਮੈਂ ਦੱਸਣਾ ਚਾਹੁੰਦਾ ਇਤਿਹਾਸ ਵੇਖਿਓ ਕਦੇ 12 ਜੰਗਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀਆਂ ਹਿੰਦੂ ਪਹਾੜੀ ਰਾਜਿਆਂ ਦੇ ਨਾਲ ਹੋਈਆਂ 12 ਜੰਗਾਂ। ਸੋ ਪਿਆਰਿਓ, ਇਹ ਹਿੰਦੂ ਪਹਾੜੀ ਰਾਜੇ ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ, ਆਖਣ ਲੱਗੇ ਸਤਿਗੁਰੂ ਜੀ, ਸਾਨੂੰ ਪਤਾ ਲੱਗਾ ਤੁਸੀਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ, ਅਸੀਂ ਵੀ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਨੂੰ ਤਿਆਰ ਆ, ਸਾਡੇ ਵਜ਼ੀਰ, ਸਾਡੇ ਮੰਤਰੀ, ਸਾਡੇ ਹੋਰ ਰਾਜੇ ਉਹ ਵੀ ਅੰਮ੍ਰਿਤ ਛਕਣ ਨੂੰ ਤਿਆਰ ਨੇ, ਪਰ ਸਾਡੀ ਇੱਕ ਸ਼ਰਤ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਖਿਆ, ਦੱਸੋ ਭਾਈ ਕੀ ਸ਼ਰਤ ਹੈ ਤੁਹਾਡੀ? ਤੇ ਇਹ ਆਖਣ ਲੱਗੇ, ਅਸੀਂ ਜਿਸ ਬਾਟੇ ਵਿੱਚ ਅੰਮ੍ਰਿਤ ਛਕੀਏ ਉਹ ਸਾਡਾ ਬਾਟਾ ਵੱਖਰਾ ਹੋਵੇ, ਤੇ ਅਸੀਂ ਆ ਸ਼ੂਦਰਾਂ ਦੇ ਨਾਲ ਅੰਮ੍ਰਿਤ ਨਹੀਂ ਛਕ ਸਕਦੇ। ਅਸੀਂ ਤਾਂ ਜਿਹਨਾਂ ਤੋਂ ਆਪਣੇ ਪੈਰਾਂ ਦੀਆਂ ਜੁੱਤੀਆਂ ਪਵਾਉਂਦੇ ਹਾਂ, ਜਿਹਨਾਂ ਤੋਂ ਅਸੀਂ ਆਪਣੇ ਘੋੜਿਆਂ ਦੀਆਂ ਲੱਦਾਂ ਚੁਕਵਾਉਂਦੇ ਹਾਂ, ਅਸੀਂ ਉਹਨਾਂ ਦੇ ਨਾਲ ਅੰਮ੍ਰਿਤ ਨਹੀਂ ਛਕਣਾ। ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਸੇ ਸਮੇਂ ਇਹ ਹਿੰਦੂ ਪਹਾੜੀ ਰਾਜੇ ਆਪਣੇ ਦਰਬਾਰ ਵਿੱਚੋਂ ਭਜਾ ਦਿੱਤੇ ਸੀ ਕਿ ਜਾਓ, ਇਹ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਇੱਥੇ ਕੋਈ ਛੋਟਾ ਨਹੀਂ, ਕੋਈ ਵੱਡਾ ਨਹੀਂ, ਇੱਥੇ ਸਭ ਨੂੰ ਬਰਾਬਰਤਾ ਦਾ ਦਰਜਾ ਹੈ, ਇੱਥੋਂ ਤਬਾਹ ਹੋ ਜਾਓ। ਇਹੀ ਖਾਰ ਇਹਨਾਂ ਨੇ ਆਪਣੇ ਮਨ ਵਿੱਚ ਰੱਖੀ ਤੇ ਔਰੰਗਜ਼ੇਬ ਨੂੰ ਚਿੱਠੀਆਂ ਲਿਖ ਲਿਖ ਕੇ ਮਜਬੂਰ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਆਪਣਾ ਵੱਖਰਾ ਰਾਜ ਚਲਾ ਰਿਹਾ, ਗੁਰੂ ਗੋਬਿੰਦ ਸਿੰਘ ਆਪਣੀ ਵੱਖਰੀ ਖਾਲਸਾ ਫੌਜ ਬਣਾਈ ਫਿਰਦਾ, ਸਾਡੇ ਰਾਜ ਭਾਗ ਨੂੰ ਵੀ ਖਤਰਾ ਤੇ ਔਰੰਗਜ਼ੇਬ ਤੇਰੇ ਰਾਜ ਭਾਗ ਨੂੰ ਵੀ ਖਤਰਾ, ਤਾਂ ਕਰਕੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਉਸ ਸਮੇਂ ਘੇਰਾ ਪਵਾਇਆ ਸੀ ਤੇ ਉਸ ਸਮੇਂ ਸਾਹਿਬਜ਼ਾਦੇ ਸ਼ਹੀਦ ਹੋਏ, ਸਿੱਖ ਸ਼ਹੀਦ ਹੋਏ, ਪਰ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਤਿਕਾਰ, ਜੋ ਸਾਡੇ ਸਮਾਜ ਨੂੰ ਇੱਜ਼ਤ ਦਿੱਤੀ ਉਹ ਹੋਰ ਕਿਸੇ ਨੇ ਨਹੀਂ ਦਿੱਤੀ। ਤੁਸੀਂ ਇਤਿਹਾਸ ਜਾਣਦੇ ਹੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਛੱਡਣ ਤੋਂ ਪਹਿਲਾਂ ਆਪਣੀ ਪੁਸ਼ਾਕ, ਆਪਣੇ ਸਿਰ ਤੋਂ ਕਲਗੀ ਉਤਾਰ ਕੇ ਸਾਡੇ ਸਮਾਜ ਤੇ ਇੱਕ ਸਿੱਖ ਨੂੰ ਦਿੱਤੀ ਸੀ ਪਿਆਰਿਓ, ਤਾਂ ਕਿ ਸਾਡਾ ਸਮਾਜ ਕਿਸੇ ਲੋਕਾਂ ਦਾ ਨਹੀਂ ਹੈ। ਤੇ ਇਹ ਲੋਕ, ਮਨੁਵਾਦੀ ਲੋਕ ਚਾਹੁੰਦੇ ਨੇ ਕਿ ਅਸੀਂ ਪਹਿਲਾਂ ਵਾਂਗ ਇਹਨਾਂ ਨੂੰ ਆਪਣੇ ਪੈਰਾਂ ਵਿੱਚ ਦਬਾ ਕੇ ਰੱਖੀਏ, ਅਸੀਂ ਇਹਨਾਂ ਦੇ ਮੰਦਰ ਢਾ ਦਈਏ, ਅਸੀਂ ਇਹਨਾਂ ਦੇ ਧਾਰਮਿਕ ਸਥਾਨ ਢਾ ਦਈਏ, ਪਰ ਇਹ ਆਵਾਜ਼ ਨਾ ਚੁੱਕਣ। ਜੇ ਆਵਾਜ਼ ਚੁੱਕਣ ਤੇ ਇਹਨਾਂ ਨੂੰ ਅਸੀਂ ਜੇਲ੍ਹਾਂ ਵਿੱਚ ਸੁੱਟ ਲਈਏ, ਪਰ ਇਹ ਤੁਹਾਡੇ ਜਿਹੜੇ ਇਰਾਦੇ ਨੇ ਇਹ ਨਹੀਂ ਚੱਲਣੇ। ਹੁਣ ਸਾਡਾ ਸਮਾਜ ਜਿਹੜਾ ਜਾਗਰਤ ਹੈ, ਅਸੀਂ ਸਾਰੇ ਇਕਜੁੱਟ ਹਾਂ। ਇਹਨਾਂ ਨੂੰ ਭੁਲੇਖਾ ਸੀ ਕਿ ਇੱਕ ਸਮਾਜ ਹੈ, ਸ਼ਾਇਦ ਰਵਿਦਾਸ ਭਾਈਚਾਰਾ ਹੋਰ ਹੈ, ਸਿੱਖ ਹੋਰ ਹੈ ਤੇ ਹੋਰ ਕੌਮਾਂ ਹੋਰ ਨੇ, ਪਰ ਅਸੀਂ ਦੱਸ ਦੇਣਾ ਚਾਹੁੰਦੇ ਅਸੀਂ ਸਾਰੇ ਇੱਕ ਹਾਂ, ਅਸੀਂ ਇਸ ਧੱਕੇ ਦੇ ਖਿਲਾਫ ਰਲ ਕੇ ਜੰਗ ਕਰਾਂਗੇ। ਸਾਹਿਬ ਕਾਂਛੀ ਰਾਮ ਜੀ ਨੇ ਇੱਕ ਗੱਲ ਆਖੀ ਸੀ ਕਿ ਜੇ ਘੱਟ ਗਿਣਤੀ ਕੌਮਾਂ ਸਾਰੀਆਂ ਇਕਜੁੱਟ ਹੋ ਜਾਣ ਤਾਂ ਇਹ ਮਨੁਵਾਦੀਆਂ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣ। ਸਾਰੇ ਇਕਜੁੱਟ ਹੋ ਕੇ ਏਕਤਾ ਕਰਕੇ ਇਹਨਾਂ ਮਨੁਵਾਦੀ ਲੋਕਾਂ ਨੂੰ ਮਜਬੂਰ ਕਰ ਦਈਏ ਕਿ ਤੁਸੀਂ ਸਾਡੇ ਨਾਲ ਧੱਕਾ ਨਹੀਂ ਕਰ ਸਕਦੇ, ਅਸੀਂ ਵੀ ਬਰਾਬਰ ਦੇ ਇੱਥੇ ਦੇ ਹੱਕਦਾਰ ਹਾਂ, ਤੇ ਇਹਨਾਂ ਨੂੰ ਮਜਬੂਰ ਕਰ ਦਈਏ ਕਿ ਸ਼ਿੰਗਾਰਾ ਰਾਮ ਸੋਂਗੜਾ ਜੀ ਨੂੰ ਇਹਨਾਂ ਨੂੰ ਰਿਹਾ ਕਰਨਾ ਪਵੇ, ਤੇ ਜੋ ਸਾਡਾ ਦਿੱਲੀ ਵਿੱਚ ਪਾਵਨ ਪਵਿੱਤਰ ਸਥਾਨ ਹੈ, ਸਤਿਗੁਰੂ ਜੀ ਦਾ
ਉਹ ਸਥਾਨ ਸਾਨੂੰ ਮੁੜ ਦਿੱਤਾ ਜਾਵੇ, ਉਸੇ ਤਰ੍ਹਾਂ ਉਹ ਸਥਾਨ ਪਵਿੱਤਰ ਸਥਾਨ ਜਿਹੜਾ ਹੈ ਸੇਵਾ ਸਾਡੇ ਸਮਾਜ ਨੂੰ ਦਿੱਤੀ ਜਾਵੇ। ਇਤਨੇ ਸ਼ਬਦ ਕਹਿੰਦਾ ਹੋਇਆ ਖੇਮਾ ਦਾ ਜੱਜ ਸਾਹ, ਤੇ ਮੈਂ ਅਖੀਰ ਵਿੱਚ ਇਹੀ ਕਹਾਂਗਾ, ਜਦੋਂ ਵੀ ਸਾਨੂੰ ਸੁਨੇਹਾ ਲਾਉਣਗੇ ਮੇਰੇ ਪਿਆਰੇ ਸਾਥੀ ਰਾਕੇਸ਼ ਕੁਮਾਰ ਜੀ ਕੁਲਥਾ, ਸ਼੍ਰੀ ਕਾਂਤੀ ਮੋਹਨ ਜੀ, ਜਿਸ ਤਰ੍ਹਾਂ ਵੀ ਸੁਨੇਹਾ ਆਵੇਗਾ ਅਸੀਂ ਉਸੇ ਸਮੇਂ ਹਾਜ਼ਰ ਹੋਵਾਂਗੇ। ਤੇ ਇਸ ਸੰਘਰਸ਼ ਦੇ ਵਿੱਚ ਇਹ ਸੰਘਰਸ਼ ਤੁਹਾਡਾ ਨਹੀਂ, ਸਾਡਾ ਸਾਰਿਆਂ ਦਾ ਆ, ਤੇ ਇਹ ਸਾਡੇ ਇਸ ਸੰਘਰਸ਼ ਨੂੰ ਅਸੀਂ ਕਾਮਯਾਬ ਕਰਨਾ ਆ। ਸੋ ਇਤਨੀਆਂ ਤੋਂ ਬੇਨਤੀਆਂ ਕਰਦਾ ਹੋਇਆ ਖਿਮਦਾ ਜਾ ਚੁੱਕਾ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।